तो मैं तेरे घर आया। तेरे बुए उत्ते जोगी ने नी अलख जगाया। असा दस की किसे दे कोल संगना नी, खैर पद जोगिया नू पद सुंदरा 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 मैं तेरे घर मंगना नी, खैर पद जोगिया नू नी पद सुंदरा 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 मैं तेरे घर मंगना नी, खैर पद साधुआ नू। आई तुहाडी सेवा दे विच जेड़ा किस्सा कह रहा हां गुरु गोरखनाथ तो शुरू कर रहा हां। आओ अज गुरु गोरखनाथ पूर्ण भगत नूं पिछड़िया लैण वास्ते भेज रहा है। लो पूर्ण भगत कह रहा है गुरुदेव मैनू ते मंगना नहीं आउंदा। ए पूर्ण भगत दे सवाल जवाबा नूं पेश कर रही है TMC रिकॉर्डिंग कंपनी ते जिन्हों गा रहे ने पूर्ण कर जमला हजरावा वाले। आओ पूर्ण भगत शहर गड़गजनी तो गुरु दा बचन मन के पिछे लैण वास्ते जा रहे हैं। किथे पहुंचे हैं ये शहर गड़गजनी राणी सुंदरां दे महिला चला गए। जदों पहुंचे है जाके जोगी ने अलख जगाई है ते की कह रहा असा सुंदरा तेरे घर मंगना नी, खैर पाद जोगियां नू। असा सुंदरा 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 नी तेरे कोल संगना नी, खैर पाद जोगियां नू। हर बार छड़ के फकीर असी होए रब दे नाल ही फकीर असी होए। हाथ विच कासा फेर काजा संगड़ा नी, खैर पद जोगियां नू नी पद सुंदरा 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 मैं तेरे दर मंगना नी, खैर पद जोगियां नू। मैं सुंदरा 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 नी तेरे घर मंगना नी, खैर पद जोगियां नू। जोगियां नू जानी दानी रूप सदा रब दा, बेरा सच्चा सतगुरु पर दे हटकदा। जोगियां नू समझी दा रूप सदा रब दा, मेरा सत सतगुरु पर देह रखदा। हथ का सफेर किसे तो की संगना नी, खैर पद जोगियां नू नी पद सुंदरा 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 मैं तेरे घर मंगना नी, खैर पद जोगियां नू पद सुंदरा सुंदरा मैं तेरे घर मंगना नी, खैर पद साधुआ नू। अज सच्ची ए सियाणिए तेनू दसा गल सुन सच्ची ए सियाणिए, कस दा गुमान करे वड्डीए नी राणिए। मारिया के पद नी तू पुछिया राणिए, कस दा गुमान करे वड्डीए सियाणिए। असा जोगियां जोगियां नी किसे कोल संगना नी, खैर पद साधुआ नू पद सुंदरा 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 मैं तेरे घर मंगना नी, खैर पद साधुआ नू।
ਖੇਡਾਂ ਕਰਦੀਆਂ ਨੇ। ਕੋਈ ਕਹਿੰਦੀ ਪੱਟਿਆ ਫਿਰਦਾ ਮੇਰੇ ਵਰਗੀ ਦਾ, ਘਰ ਨੂੰ ਛੱਡ ਕੇ ਫਕੀਰ ਹੋਇਆ। ਕੋਈ ਕਹਿੰਦੀ ਮਾਂ ਨੇ ਘਰੋਂ ਕੱਢਤੇ ਹੋਣਾ, ਬੁਰੇ ਕਰਮ ਕਰਦਾ ਇਹ ਅਖੀਰ ਹੋਇਆ। ਇੱਕ ਦੂਜੀ ਕਰਨ ਮਖੌਲ ਲੱਗੀ ਤੇ ਪੂਰਨ ਆਖਿਆ ਹਿਰਦਾ ਠੰਡਾ ਠੀਰ ਹੋਇਆ। ਨਹੀਂ ਮੈਨੂੰ ਲੱਗੀ ਫਕੀਰ ਦੀ ਚਾਟ ਗੋਲੀਓ ਨੀ, ਇਸ ਕਰਕੇ ਮੈਂ ਫਕੀਰ ਹੋਇਆ। ਇਤਨਾ ਕਰੋ ਨਾ ਸਾਧੂ ਨਾਲ ਗੋਲੀਓ ਨੀ, ਪੂਰਨ ਭਗਤ ਸੁੰਦਰਾਂ ਦੀਆਂ ਗੋਲੀਆਂ ਨਾਲ ਚੜ ਰਿਹਾ। ਕਹਿੰਦਾ ਮੈਂ ਤੁਹਾਡੇ ਇੱਥੋਂ ਪਿੱਛਿਆ ਨਹੀਂ ਲੜੀ, ਮੇਰੇ ਗੁਰੂ ਦਾ ਹੁਕਮ ਹੈ ਮੈਂ ਰਾਣੀ ਸੁੰਦਰਾਂ ਦੇ ਹੱਥੋਂ ਪਿੱਛੇ ਲੈਣੀ ਹੈ। ਤੁਸੀਂ ਜਾ ਕੇ ਉਹਨੂੰ ਭੇਜੋ, ਉਹ ਪਿੱਛੇ ਲੈ ਕੇ ਆਵੇ, ਮੈਂ ਉਹਨੂੰ ਦਵਾ ਸ਼ੀਸ ਦਿਆਂਗਾ, ਐਸੀ ਅਸੀਸ ਦਿਆਂਗਾ, ਇਹਦਾ ਬੇੜਾ ਪਾਰ ਹੋ ਜਾਏਗਾ, ਇਹਦਾ ਉਧਾਰ ਹੋ ਜਾਏਗਾ। ਗੋਲੀਆਂ ਜੋਗੀ ਨੂੰ ਟਿੱਚਰਾਂ ਕਰ ਰਹੀਆਂ ਨੇ, ਪੂਰਨ ਭਗਤ ਕਹਿ ਰਿਹਾ। ਸਾਧੂਆਂ ਦੇ ਨਾਲ ਨਹੀਂ ਉਹ ਚਿੱਤਰ ਮਖੌਲਣੀ, ਸਾਧੂਆਂ ਦੇ ਨਾਲ ਨਗਰ ਚਿੱਤਰ ਮਖੌਲਣੀ, ਦਿਆਂਗਾ ਸ਼ਰਾਬ ਮੇਰੇ ਗੁਰੂ ਦਿੱਤਾ ਜੋਗ ਨੂੰ। ਸਾਧੂਆਂ ਨੂੰ ਕਰਨਾ ਤੂੰ ਚਿੱਤਰ ਮਖੌਲਣੀ, ਦਿਆਂਗਾ ਸ਼ਰਾਬ ਮੈਨੂੰ ਗੁਰੂ ਦਿੱਤਾ ਜੋਗ ਨੀ। ਅਤਾ ਪਾਸਾ ਅਸੀਂ ਤੇਰੇ ਕੋਲ ਸੰਗੜਾ ਨੀ, ਖੈਰ ਪਾ ਦੇ ਜੋਗੀਆਂ ਨੂੰ, ਪਾ ਦੇ ਸੁੰਦਰਾਂ 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 ਤੇਰੇ ਘਰੋਂ ਮੰਗਣਾ ਨੀ, ਖੈਰ ਪਾ ਦੇ ਜੋਗੀਆਂ ਨੂੰ, ਪਾ ਦੇ ਸੁੰਦਰਾਂ 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 ਨੀ, ਤੇਰੇ ਕੋਲ ਮੰਗਣਾ ਨੀ, ਖੈਰ ਪਾ ਦੇ ਜੋਗੀਆਂ ਨੂੰ। ਕਰਦਾ ਹਾਂ ਯਾਦ ਨੀ ਮੇਰੇ ਗੁਰੂ ਪੀਰ ਨੂੰ, ਕੌਣ ਮੇਟ ਸਕੇ ਉਹਦੀ ਲਿਖੀ ਤਕਦੀਰ ਨੂੰ। ਕਰਦਾ ਹਾਂ ਯਾਦ ਨੀ ਮੈਂ ਅੱਜ ਗੁਰੂ ਪੀਰ ਨੂੰ, ਮੇਟ ਸਕੇ ਕੌਣ ਉਹਦੀ ਲਿਖੀ ਤਕਦੀਰ ਨੂੰ। ਜਰਾਵਾਂ ਵਾਲਿਆਂ ਨੇ ਜਰਾਵਾਂ ਵਾਲਿਆਂ ਨੇ ਡਰ ਡਰ ਮੰਗਣਾ ਨੀ, ਖੈਰ ਪਾ ਦੇ ਜੋਗੀਆਂ ਨੂੰ, ਪਾ ਦੇ ਸੁੰਦਰਾਂ ਸੁੰਦਰਾਂ ਸੁੰਦਰਾਂ, ਮੈਂ ਤੇਰੇ ਦਰ ਮੰਗਣਾ ਨੀ, ਖੈਰ ਪਾ ਦੇ ਜੋਗੀਆਂ ਨੂੰ। ਸੁੰਦਰਾਂ ਸੁੰਦਰਾਂ ਸੁੰਦਰਾਂ, ਮੈਂ ਤੇਰੇ ਘਰ ਮੰਗਣਾ ਨੀ, ਖੈਰ ਪਾ ਦੇ ਜੋਗੀਆਂ ਨੂੰ। ਪੂਰਨ ਜਤੀ ਗੋਲੀਆਂ ਕੋਲੋਂ ਪਿੱਛਿਆ ਨਹੀਂ ਲੈ ਰਿਹਾ, ਇਹ ਗੋਲੀਆਂ ਤਿੱਤਰ ਮਖਾਲ ਕਰ ਰਹੀਆਂ ਨੇ ਜੋਗੀ ਦੇ। ਕਰਨ ਵੀ ਕਿਵੇਂ ਨਾ, ਜਵਾਨ ਮੁੰਡਾ ਉਹ ਫਕੀਰੀ ਦਾ ਨੂਰ ਚਿਹਰੇ ਤੇ ਠਾਠਾ ਮਾਰਦਾ, ਗੁਰੂ ਦੀ ਰਹਿਮਤ ਪੂਰਨ ਤੇ ਹੋਈ ਹੋਈ ਹੈ। ਪੂਰਨ ਕਹਿੰਦਾ ਗੋਲੀਓ ਮੈਂ ਤੁਹਾਡੇ ਹੱਥੋਂ ਪਿੱਛਿਆ ਨਹੀਂ ਲੈਣੀ, ਰਾਣੀ ਨੂੰ ਭੇਜੋ ਉਹਦੇ ਹੱਥੋਂ ਪਿੱਛਿਆ ਲੈਣੀ ਹੈ। ਇਹ ਗੋਲੀਆਂ ਕਹਿੰਦੀਆਂ ਅਸੀਂ 60 ਗੋਲੀਆਂ ਸੁੰਦਰਾਂ ਦੀਆਂ, ਓਏ ਜੋਗੀਆ ਇੱਕ ਦੂਜੀ ਤੋਂ ਵੱਧ ਕੇ ਗੋਲੀਆਂ ਭਰਤੀ ਕੀਤੀਆਂ ਨੇ ਸੁੰਦਰਾਂ ਨੇ, ਵੇ ਤੂੰ ਆਪਣੇ ਆਪ ਨੂੰ ਕੀ ਸਮਝਣਾ, ਪਿੱਛਿਆ ਸਾਡੇ ਹੱਥੋਂ ਲੈਣੀ ਪੈਗੀ। ਪੂਰਨ ਜਤੀ ਕਹਿੰਦਾ ਗੋਲੀਓ ਜੋਗੀਆਂ ਕੋਲ ਇੱਕ ਸਰਾਫ ਹੁੰਦਾ, ਹੋਰ ਵੀ ਕਈ ਦਮ ਹੁੰਦੇ ਨੇ, ਮੈਂ ਨਹੀਂ ਚਾਹੁੰਦਾ ਕਿ ਮੈਂ ਤੁਹਾਨੂੰ ਸਰਾਫ ਦੇ ਕੇ ਪਾਪ ਦਾ ਭਾਗੀ ਬਣਾ, ਪਰ ਗੱਲ ਇਹ ਹੈ ਮੈਨੂੰ ਟਿੱਚਰ ਮਜ਼ਾਕ ਨਾ ਕਰੋ, ਪਿੱਛਿਆ ਰਾਣੀ ਨੂੰ ਕਹੋ ਪਾਵੇ, ਮੈਂ ਪਿੱਛਿਆ ਲੈ ਕੇ ਮੇਰੇ ਗੁਰੂ ਦੇ ਦਰਬਾਰ 'ਚ ਜਾਵਾਂ। ਇਹ ਗੋਲੀਆਂ ਪੂਰਨ ਨੂੰ ਕੀ ਕਹਿੰਦੀਆਂ ਨੇ, ਤੂੰ ਲੈ ਜਾ ਸੱਤ ਜੋਗੀਆ ਵੇ, ਬੋਲਾ ਤੂੰ ਮੰਦੇ ਬੋਲ ਜੋਗੀਆ ਵੇ, ਚੁੱਪ ਕਰਕੇ ਪਿੱਛੇ ਹੱਟ ਬਹਿ ਜਾ, ਗਈ ਨਾ ਸਰਾਫ ਤੈਨੂੰ ਸਾਧੂ ਆਵੇ, ਸਾਥੋਂ ਜੋ ਮਰਜ਼ੀ ਤੇਰੀ ਲੈ ਜਾ, ਗਈ ਨਾ ਸਰਾਫ ਸਾਨੂੰ ਸਾਧੂ ਆਵੇ, ਸਾਥੋਂ ਜੋ ਮਰਜ਼ੀ ਤੇਰੀ ਲੈ ਜਾ।
ਬੜੀਆਂ ਵੇ ਗੱਲਾਂ ਮਿੱਠੀਆਂ ਜ਼ਬਾਨ ਵਿੱਚੋਂ ਕਹਿ ਜਾ ਬੋਲਣਾ ਤੂੰ ਮੰਦੇ ਬੋਲ ਜੋ ਵੀ ਆਵੇ ਸਾਥੋਂ ਜੋ ਮਰਜ਼ੀ ਤੇਰੀ ਲੈ ਜਾ ਬੋਲਣਾ ਤੂੰ ਮੰਦੇ ਬੋਲ ਸਾਰੂ ਆਵੇ ਸਾਥੋਂ ਜੋ ਮਰਜ਼ੀ ਤੇਰੀ ਲੈ ਜਾ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਹੋਣਾ ਜਿਹੜਾ ਪਹਿਲਾਂ ਜੋਗੀ ਆਉਂਦਾ ਸੀ ਉਹਨੂੰ ਪਕੜ ਕੇ ਰਾਣੀ ਸੁੰਦਰਾਂ ਕੈਦ ਕਰ ਦਿਆ ਕਰਦੀ ਸੀ ਕਿਉਂ ਕਰ ਦਿੰਦੀ ਸੀ ਇਹਦੇ ਵਿੱਚ ਵੀ ਖਾਸ ਗੱਲ ਸੀ ਗੁਰੂ ਗੋਰਖ ਦੇ ਤੋਂ ਪਹਿਲਾਂ ਇੱਕ ਜੋਗੀ ਚਰਪੜ ਨਾਥ ਹੋਇਆ ਚਰਪੜ ਨਾਥ ਇਹ ਉਸ ਵੇਲੇ ਦੀ ਗੱਲ ਹੈ ਜੋਗੀ ਚਰਪੜ ਨਾਥ ਦਾ ਧੂਣਾ ਲੱਗਾ ਹੋਇਆ ਸੀ ਜੋਗੀ ਚਰਪੜ ਨਾਥ ਚੌਂਕੜਾ ਮਾਰ ਕੇ ਬੈਠਾ ਸੀ ਰਾਣੀ ਸੁੰਦਰਾਂ ਤੇ ਰਾਣੀ ਦੇ ਘਰ ਵਾਲਾ ਰਾਜਾ ਆਪਣੇ ਰੱਥ ਵਿੱਚ ਜੋਗੀ ਦੇ ਕੋਲ ਦੀ ਲੰਘੇ ਜਦੋਂ ਕੋਲ ਦੀ ਲੰਘੇ ਇਸ ਜੋਗੀ ਨੇ ਵੇਖਿਆ ਹੱਸ ਪਿਆ ਰਾਣੀ ਸੁੰਦਰਾਂ ਦੇ ਪਤੀ ਨੂੰ ਆਇਆ ਗੁੱਸਾ ਉਹ ਇੱਕ ਟਕੇ ਦੇ ਸਾਧ ਨੇ ਸਾਨੂੰ ਮਜ਼ਾਕ ਕਰ ਦਿੱਤਾ ਇਹ ਕਾਹਦਾ ਸਾਧ ਹੈ ਉਹ ਅਸੀਂ ਰਾਜੇ ਮਹਿਲਾਂ ਵਾਲੇ ਉਹ ਸਾਡੀਆਂ ਫੌਜਾਂ ਸਾਡੇ ਤੋਪਖਾਨੇ ਉਹ ਸਾਡੇ ਨੋਟਾਂ ਦੇ ਭਰੇ ਖਜ਼ਾਨੇ ਉਹ ਸਾਡੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ ਸਾਡੇ ਰਾਜ ਵਿੱਚ ਇੱਕ ਜੋਗੀ ਸਾਨੂੰ ਵੇਖ ਕੇ ਹੱਸਿਆ ਰਾਜਾ ਥੱਲੇ ਉਤਰਿਆ ਗੁੱਸੇ ਨਾਲ ਕਹਿੰਦਾ ਉਹ ਸਾਧੂਆ ਤੂੰ ਸਾਨੂੰ ਮੱਥਾ ਨਹੀਂ ਟੇਕਿਆ ਤੂੰ ਸਾਨੂੰ ਨਮਸਕਾਰ ਨਹੀਂ ਕੀਤੀ ਰਾਜੇ ਨੇ ਜੋਗੀ ਚਰਪਣ ਨਾਥ ਨੂੰ ਠੁੱਡੇ ਮਾਰੇ ਜਦੋਂ ਜੋਗੀ ਨੂੰ ਠੁੱਡੇ ਮਾਰੇ ਜੋਗੀ ਕਹਿੰਦਾ ਰਾਜਾ ਉਹ ਜਾ ਤੇਰੀ ਰਾਣੀ ਨੂੰ ਲੈ ਕੇ ਚਲਾ ਜਾ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਰਾਜੇ ਨੂੰ ਫਿਰ ਗੁੱਸਾ ਆਇਆ ਕਹਿੰਦਾ ਉਹ ਜੋਗੀਆ ਉਹ ਤੂੰ ਮੈਨੂੰ ਰਾਜੇ ਨੂੰ ਇੰਨੀ ਗੱਲ ਕਹਿ ਰਿਹਾ ਉਹ ਮੇਰਾ ਦਿੱਤਾ ਖਾ ਕੇ ਮੈਨੂੰ ਇਹ ਕਹਿ ਰਿਹਾ ਜੋਗੀਆ ਚਲਾ ਜਾ ਮੈਂ ਜਾਣ ਵਾਲਾ ਨਹੀਂ ਹਾਂ ਗੁੱਸਾ ਆ ਗਿਆ ਜੋਗੀ ਨੂੰ ਕਹਿੰਦਾ ਜਾਓ ਰਾਜਿਆ ਜੇ ਨਹੀਂ ਜਾਂਦਾ ਤੂੰ ਇੱਕ ਸਾਧੂ ਨੂੰ ਠੁੱਡੇ ਮਾਰੇ ਨੇ ਇੱਕ ਫਕੀਰ ਦੀ ਬੇਇੱਜ਼ਤੀ ਕੀਤੀ ਹੈ ਮੇਰਾ ਮਾਲਕ ਤੈਨੂੰ ਮਾਫ਼ ਨਹੀਂ ਕਰੇਗਾ ਜੋਗੀ ਨੇ ਸਰਾਪ ਸੁਣਾ ਦਿੱਤਾ
रानी रुलेगी साधुआ मगर तेरी, रानी रुलेगी साधुआ मगर तेरी, कीड़े पैणगे अंत नू मरेगा तू, मेरा मालक नहीं किसे नू माफ करदा, दित्ती डंड ए राजा परेगा तू, मेरा प्रभु नहीं किसे नू माफ करदा, दित्ती डंड नू राजा परेगा तू, असी छड़ के तेरा ए शहर कले बेजती फेर ना किसे दी करेगा तू, हजरावा वाला कहिंदा मेला कोई दंदा, हजरावा वाला कहिंदा मेला कोई दंदा, जेड़ी कीती है उसनू भरेगा तू। जोगी चरपनाथ ने राजे नू श्राप दे दिता, जोगी चरपनाथ उठ के चला गया जंगल बियाबान नू, चला गया छट गया जे शहरों सुंदरां दा, जोगी निकल के वल उजाड़ चले, वेखो पेंदे पवाड़े की पिछों जेड़े दे के अज सराफ चले। रानी सुंदरा दे दरबार विच अज पूरन भगत दी पेशी पै गई, अज पूरन पिछिया मंगन चला गया, रानी सुंदरा नू जाके दसिया गोलियां ने, सुंदरा साथ पिछिया नहीं लैंदा, तेरे हथों पिछिया मंगदा, तेनू पौनी पै गई। सुंदरा कहंदी एहो जिहा केड़ा आ गया, अज तक मेरे तक किसी ने सुनेहा नहीं दिता, वो जिन्ने साधु आए जिन्ने जोगी आए मैं फड़ फड़ के कैद कर दिते, इनू भी उत्थे कैद कर दिओ। गोलियां कहंदियां सुंदरा मत्था चन जिहा जवान सोना, ओदे कन्ना च दर्शनी मंदरा ने, रूप जगदा ही लैट दे वांग योदा, ओदे कन्ना च दर्शनी मुंदरा ने। सुंदरा ओ कोई माड़ा मोटा जोगी नहीं, जती सती जापदा है, गुरु वाला जापदा है, विद्वान जापदा है, भगती च लीन होया जापदा है। सुंदरा ने इन्नी सिफत सुनी, सुंदरा ने कुंड कढ़िया है, सुंदरा हुण अंदरों निकली है, जोगी दे कीते जदों दर्शन सुंदरा ने, जोगी खड़ गया। सुंदरा कहंदी है मेरे दरबार साधुआ, खड़ ला तू मेरे दरबार साधुआ, सुंदरा विवाजा रही मार साधुआ, बैठ जा तू पल इथे दो पल, तेनू अज जो मर्जी मैथ लै जा, वे लै जा साधुआ, वे लै जा साधुआ, पिछे मेरे हथों लै जा, वे लै जा जोगिया, पिछे तू मेरे हथों लै जा, वे लै जा साधुआ। जोगी ने पुआलिया बगली चाल पई, कहंदा अज राणिए ने नहीं कित पिछया, गुरु द्वारे जाऊंगा नी बड़ी खुशी नाल, गुरु नू सीस सुखाऊंगा मैं बड़ी खुशी नाल, गुरु जी नू सीस नवाऊंगा मैं बड़ी खुशी नाल। सिराल जदों हीरा गुरु गोरख ने, गुरु गोरख ने पुछया पूरना एक हीरे, कहंदा गुरु जी राणी सुंदरा ने हीरे मोतियां दी पुछया पाई है, ओ मूर्खा ज
जेकर हीरे मोतियां दा चाहुंदा ते किले दा फकीरी पेशधार कैसी दरबार नु छड़ फकीर होए देखी लेना जग बसार कैसी पूर्णा ओ पूर्णा ओ पुलिया तू वही मोतियां दे भुल गया ओ माया ते भुल गया जे माया चाहिदी हुंदी ए हीरे मोतियां नाल प्यार करना हुंदा ते फिर फकीर होण दी की लोड़ सी जा पुत्रा बच्चिया जा चला जा ए वापस करके आ ओदे कोलो पक्या भोजन लेके आ लै आयो ओदे कोलो पक्की रोटी पूर्णा लै आयो ओदे कोलो पक्की रोटी पूर्णा पढ़ लै ओ सत वाली पथ पूर्णा जा चला जा तू राणी कोल सुंदरां दे जा चला जा तू राणी कोल सुंदरां दे ओनू ए मोड़ के आवी लक खुल के तेरे हीरे मोती रानी है नी इन जिथे मर्जी तू रख दे नी पके फुलके फुलके तवे दे उते छप दे नी दो फुलके फुलके तवे दे उते छप दे नी दो फुलके असी मालिक दा नाम सदा जप दे नी दो फुलके अब फुलके तवे दे उते छप दे दो फुलके पूरन रानी सुंदरा नाल गल्ला कर रहे सुंदरा कहंदी आ पूर्णा बैठ जा फिर जोगी नू बिस्तरा उछाता बड़ा वधिया जोगी चौंकड़ा मार के गद्दे ते बह गए सुंदरा ने 36 पदार्थ तैयार किते सुंदरा ने पकवान पकवाए बड़े सोने बना के माल पूरे खीर बदामा वाली काजू पा के तैयार कर दिती थाल दे विच परोसिया खाना वधिया बनिया साड़ी आ सुंदरा ने चंगे जोड़े पाए सुंदरा ने हार शिंगार कर ले अब भरिया थाल उत्ते वधिया कढ़िया रुमाल सुंदरा ने उत्ते पाया परादे अज सुंदरा ने दिल विच की आई है सुंदरा कहंदी आ पूरन नू जोगिया हुण तू बैठा है मैं भोजन तैयार कर लिया पर मैं एक बचन तेनू कहना चाहनी हां पूरन कहंदा माता बोल की हुक्म है कहन लगी मेरा चित करदा है मैं तेरे गुरु दे दर्शन करा जाके ए प्रसादा अपने हाथी छकावा तेरे गुरु गोरखनाथ नू हो सकदा है तेरा गुरु खुश होके कोई मेनू दुआ दे दे मेरे पाप धोप जान पूर्णा वे जोगिया मेनू एक जोगी दा शराब है की पता मेनू तेरा गुरु माफ ही कर देगा मेनू नाल लेके चल पूरन कह रहा सुंदरा साडे टिले ते पैर ना पाई तू इत्थे ही रह फिर कदे गुरु गोरखनाथ जी ने दर्शन लंगित्यां दे होए ते कर ली सुंदरा जिद कर गई जोगिया तू मेरे अगे लग वे मैं तेरे पिछे पिछे तेरे गुरु दे दरबार विच चला जाके मैं तेरे गुरु नू प्रसादा छकावां तेरे गुरु दे दर्शन करा साधुआं दे चरण धो धो के पीवांगी जोगिया मैनू नाल लै चल लो पूर्ण भगत ते राणी सुंदरा हुण तुरन लगे ने गुरु दे दरबार वल नू गोरख दे टिले वालू ओए अगे सुंदरा दे पूरन जदों लग के तुरिया गोलियां एक दूजे नू कूणियां मार दियां नी जोड़ी बड़ी जची है किते नजर ना लग जाए एहो जिहा तो सुंदरा नू पहला नी घर वाला मिलिया जेहो जिहा जोगी लगदा है नी जे किते फकीरी दे पार दिते भगवे कपड़े नी जदों मुंडे ने पाली पैंट शर्ट ते इन्हें लाली साड़ी ऐ लगूगी जोड़ी नवी जा रही है गोलियां पिछो गल्ला कर दियां ने आओ हुण पूरन ते राणी सुंदरा गुरु गोरखनाथ दे टिले नू किवें जा रहे ने ਨੇਰੀ
ਆਈਆ ਉੜਦੀ ਰੇਤ ਨਮਾਣੀ, ਮੀਂਹ ਵੀ ਆਇਆ ਹਨੇਰੀ ਵੀ ਆਈਆ ਉੜਦੀ ਰੇਤ ਨਮਾਣੀ, ਰੇਤਾ ਦੇ ਵਿੱਚ ਛਲਾ ਕੇ ਲੱਭਿਆ ਰਾਂਝਣ ਦੀ ਨਿਸ਼ਾਨੀ, ਰੇਤਾ ਦੇ ਵਿੱਚ ਛਲਾ ਕੇ ਲੱਭਿਆ ਰਾਂਝਣ ਦੀ ਨਿਸ਼ਾਨੀ, ਲੁੱਟੀ ਹੀਰ ਦੇ ਫਕੀਰ ਦੀ ਹਾਲ ਵੇ ਰਬਾ ਮਾਰੀ ਤੇਰੀਆਂ ਗਵਾਂ ਦੀ, ਹਾਲ ਵੇ ਰਬਾ ਲੁੱਟੀ ਹੀਰ ਦੇ ਫਕੀਰ ਦੀ ਮੋਹਰਾ ਉੱਡੀ ਵੇ ਕਾਲਿਆ ਕਾਵਾਂ, ਉੱਡੀ ਵੇ ਚਿੱਤਰਾ ਉੱਡੀ ਵੇ ਮੋਹਰਾ ਉੱਡੀ ਵੇ ਕਾਲਿਆ ਕਾਵਾਂ, ਇੱਕ ਸੁਨਿਆ ਮੇਰੇ ਮਾਂ ਪਿਓ ਦੇਵੀ ਦੂਜਾ ਭੈਣ ਭਰਾਵਾਂ, ਉੱਥੇ ਦੱਸਣਿਆ ਮੇਰੇ ਉਸ ਨੂੰ ਦੇਵੀ ਦੱਸਣਿਆ ਮੇਰੇ ਉਸ ਨੂੰ ਦੇਵੀ, ਜਿਸ ਨਾਲ ਲੈ ਲਿਆ ਨਾਵਾਂ ਲੁੱਟੀ ਹੀਰ ਵੇ ਫਕੀਰ ਦੀ, ਹਾਲ ਵੇ ਰਬਾ ਮਾਰੀ ਤੇਰੀਆਂ ਗਵਾਂ ਦੀ, ਹਾਲ ਵੇ ਰਬਾ ਤੋਤਾ ਬੈਠਾ ਬੈਠ ਕੱਲਾ ਰੋਵੇ, ਚੰਬੇ ਦੀ ਡਾਲੀ ਤੋਤਾ ਬੈਠਾ ਬੈਠ ਕੱਲਾ ਰੋਵੇ, ਕੁੰਜਪਣੀ ਚੋਂ ਅੱਖੀਆਂ ਵਿੱਚੋਂ ਨੀਰ ਪਲਟ ਕੇ ਕੁੰਜਪਣੀ ਨੂੰ ਧੋਵੇ, ਅੱਖੀਆਂ ਵਿੱਚੋਂ ਨੀਰ ਪਲਟ ਕੇ ਕੁੰਜਪਣੀ ਨੂੰ ਧੋਵੇ, ਮਾਰ ਡਾਲੀ ਉੱਡਦਾ ਨਾਈ ਮਾਰ ਡਾਲੀ ਉੱਡਦਾ ਨਾਈ, ਮਤ ਪਰਦੇਸੀ ਹੋਵੇ ਲੁੱਟੀ ਬੈਠਾ ਕਹਿ ਰਾਂਝਣ ਨੀ ਆਇਆ, ਇਸ ਰਾਂਝਣ ਦੀ ਪ੍ਰੀਤ ਦਾ ਸੱਚਾ ਮੈਂ ਦਿਲ ਦਾ ਤਖਤ ਵਿਛਾਇਆ, ਦਿਲ ਦਾ ਤਖਤ ਵਿਛਾਇਆ, ਉਹ ਜਿਸ ਜੋਗੀ ਦਾ ਮਾਨ ਕਰਨੀ ਜਿਸ ਜੋਗੀ ਦਾ ਮਾਨ ਕਰਨੀ, ਜੋਗੀ ਪੁੱਤਰ ਪਰਾਇਆ ਲੁੱਟੀ ਹੀਰ ਵੇ ਫਕੀਰ ਦੀ, ਹਾਲ ਰਬਾ ਮਾਰੀ ਤੇਰੀਆਂ ਗਵਾਂ ਦੀ, ਹਾਲ ਵੇ ਰਬਾ ਲੁੱਟੀ ਹੀਰ ਵੇ ਫਕੀਰ ਦੀ, ਸਲਾਮਾ ਕਰਦੀ ਡੇਰਾ ਮੇਰੇ ਮੁਰਸ਼ਦ ਦਾ, ਗੱਡੀ ਰੁਕ ਕੇ ਗੱਡੀ ਰੁਕ ਕੇ ਸਲਾਮਾ ਕਰਦੀ ਡੇਰਾ ਮੇਰੇ ਮੁਰਸ਼ਦ ਦਾ, ਮਾਣ ਵਾਲੀਆਂ ਬਣਾ ਲੈ ਗੋਡੇ ਨਵਾਣੀ ਗਈ ਪਾਰ ਲੰਘ ਗਈ, ਮਾਣ ਵਾਲੀਆਂ ਬਣਾ ਲੈ ਗੋਡੇ ਨਵਾਣੀ ਗਈ ਪਾਰ ਲੰਘ ਗਈ, ਉੱਡੀ ਵੇ ਚਿੱਤਰਾ ਉੱਡੀ ਵੇ ਮੋਹਰਾ ਉੱਡੀ ਵੇ ਕਾਲਿਆ ਕਾਵਾਂ, ਇੱਕ ਸੁਨਿਆ ਮੇਰੇ ਮਾਂ ਪਿਓ ਦੇਵੀ ਦੂਜਾ ਭੈਣ ਭਰਾਵਾਂ, ਤੀਜਾ ਸੁਨਿਆ ਮੇਰੇ ਉਸ ਨੂੰ ਦੇਵੀ ਤੀਜਾ ਸੁਨਿਆ ਮੇਰੇ ਜੋੜੀ ਪਹੁੰਚ ਗਈ ਹੈ ਗੁਰੂ ਗੋਰਖਨਾਥ ਦੇ ਦਰਬਾਰ ਵਿੱਚ, ਗੁਰੂ ਗੋਰਖਨਾਥ ਦੇ ਜਿਹੜੇ ਚੇਲੇ ਧੂਣੇ ਲਾ ਕੇ ਬੈਠੇ ਨੇ ਉਹ ਦੇਖ ਕੇ ਇੱਕ ਦੂਜੇ ਨੂੰ ਕੂਣੀਆਂ ਮਾਰਦੇ ਨੇ, ਓਏ ਇਉਂ ਲੱਗਦਾ ਪੂਰਨ ਸੁੰਦਰਾਂ ਨੂੰ ਕੱਢ ਕੇ ਲਈ ਆਉਂਦਾ, ਗੁਰੂ ਗੋਰਖਨਾਥ ਜੀ ਦੀ ਸਮਾਧੀ ਲੱਗੀ ਹੋਈ ਹੈ, ਗੁਰੂ ਗੋਰਖਨਾਥ ਦੀ ਖੁੱਲੀ ਅੱਖ, ਗੁਰੂ ਗੋਰਖਨਾਥ ਨੂੰ ਪੂਰਨ ਭਗਤ ਨੇ ਮੱਥਾ ਟੇਕਿਆ, ਰਾਣੀ ਸੁੰਦਰਾਂ ਨੇ ਵੀ ਥਾਲ ਭਰਿਆ ਰੱਖ ਕੇ ਮੱਥਾ ਟੇਕਿਆ, ਪੁੱਛਿਆ ਪੂਰਨਾ ਕਿਵੇਂ ਬੀਤੀ ਹੈ, ਕਹਿੰਦਾ ਦਾਤਾ ਜੀ ਬਹੁਤ ਚੰਗੀ ਬੀਤੀ ਹੈ, ਪਿੱਛੇ ਲੈਣ ਗਿਆ ਸਾਂ ਭੋਜਨ ਪਕਵਾ ਲਿਆ ਸਮੇਤ ਰਾਣੀ ਲਿਆ ਕੇ ਤੁਹਾਡੇ ਚਰਨਾਂ ਦੇ ਵਿੱਚ ਚੁਕਾ ਦਿੱਤੀ ਹੈ,
राणी सुंदरा ने गुरु दे धोए हाथ, गुरु साहब ने मारिया चौंकड़ा और नाथ बह गया भोजन छकन। कई दिनों का भुखा सी गुरु गोरखनाथ ने, अज ही लगदा वर्त खोलिया जिवें छके पदार्थ नाथ ने, आनंद हो गया। कहिंदा सुंदरा मैं आनंद हो गया। सुंदरा ने कहा गुरुदेव पर शादा छक लिया, हुण तुहाडे वास्ते एक होर चीज लेके आई हां। गुरु साहब ने पूछा वो की है, और राणी सुंदरा ने कढ़ी एक रेशमी पोटली, ओदे विच्चों कढ़िया चरस दी डली, और कढ़िया ओदे विच्चों गांजा सुखा मल के राणी ने तली। जदों गुरु गोरखनाथ दे सुल्फे च पई, अब मारी तीली पूर्ण भक्त ने गुरु साहब ने मारिया सूटा, और गई नाथ दी बिरती आकाश। गुरु गोरखनाथ कहिंदा राणिया मंग ले की चाहिए। सुंदरा नहीं बोली, कहिंदा राणिए पुत्री मंग की चाहिए। राणी सुंदरा ने पूरन वाल हथ कर दिता, कहिंदी जे देना ही है, जे देना ही है साधुआ मेरा बूटा ला दे, आ पूरन भक्त मेरी झोली विच पा दे। जदों पूरन भगत नूं मंग लिया सुंदरा ने, पूरन ने सोचिया पै गया पंगा, ओह इसे पिछे पहला हथ पैर कटवाए, ओह 12 साल खूह पिया रहा, ओह चंगा गुरु तारिया, ओह हुण जे यही काम करना सी इदां ही मेरे नाल होनी सी, ते मैनू फिर हथ पैर वढवाउण दी की लोड़ सी। गुरुदेव मैं सुंदरा नाल नहीं जावांगा। गुरु गोरखनाथ जी कह रहे ने, पूरना इहने मंग लिया असा दे दिता, तेनू जाना पेगा। कहिंदा गुरुदेव मार दियो वड दियो जो मर्जी कर दियो, दाता जी मैं सुंदरा नाल नहीं जावांगा। गुरु गोरखनाथ जी कह रहे ने, पूरना इहदे नाल जाना पेगा। ओ पुत्रा ओ जोगिया इस गल विच वी इक राज है। कहिंदा गुरुदेव ओ की है? पूरना तू जाण दी हां कर दे, ओ तेनू बाद विच समझा देंगा, ਉਹ ਤੈਨੂੰ ਪੰਜਾਬੀ ਵੀ ਸਮਝਾ ਦਿਆਂਗਾ, ਤੂੰ ਇਹਦੇ ਨਾਲ ਜਾਣ ਦੀ ਹਾਂ ਕਰ ਦੇ। ਗੁਰੂ ਗੋਰਖਨਾਥ ਪੂਰਨ ਨੂੰ ਸਮਝਾ ਰਿਹਾ, ਮੇਰਾ ਬੰਨ ਲੈ ਬਚਨ ਤੈਨੂੰ ਕਵਾਂ ਬਾਰ ਬਾਰ, ਬੰਨ ਲੈ ਬਚਨ ਤੈਨੂੰ ਕਵਾਂ ਬਾਰ ਬਾਰ, ਹੋ ਜਾ ਪੂਰਨਾਵੇ ਨਾਲ ਸੁੰਦਰਾਂ ਦੇ ਪਿਆਰ, ਹੋ ਜਾ ਪੂਰਨਾਵੇ ਨਾਲ ਸੁੰਦਰਾਂ ਦੇ ਪਿਆਰ, ਇਹਦੇ ਨਾਲ ਮਹਿਲਾਂ ਨੂੰ ਜਾਵੀ ਜਾ ਕੇ ਪੂਰਨਾ ਰੱਬ ਦਾ ਨਾਮ ਧਿਆਵੀ, ਉੱਥੇ ਜਾ ਕੇ ਜੋਗੀਆ ਤੁਰੇ ਆਏ ਉਹਦੇ ਪਿੱਛੇ ਸੁੰਦਰਾ ਰਾਣੀ, ਵੇਖਿਆ ਗੋਲੀਆਂ ਨੇ, ਵੇਖਿਆ ਗੋਲੀਆਂ ਨੇ ਦੋਵਾਂ ਦੀ ਰਮਜ ਪਛਾਣੀ, ਲੈ ਆਈਏ ਸੁੰਦਰਾਨੀ, ਲੈ ਆਈਏ ਸੁੰਦਰਾਨੀ, ਲੈ ਸਾਧ ਦੇ ਜੋਗੀ ਜਾ ਕੇ ਮਾਰਾਣੀਏ ਸੁੰਦਰਾਨੀ, ਹੁਣ ਲੈ ਮੋਜਾ ਸਗਨ ਮੰਗਾ ਕੇ। ਮਹਿਲਾਂ ਦੇ ਆ ਗਈ ਵਿੱਚ ਮਹਿਲਾਂ ਦੇ, ਉਹਨੇ ਜੋਗੀ ਦਾ ਆਸਣ ਲਾਇਆ, ਉਹਨੇ ਕੱਢ ਕੇ ਮੰਜਾ ਬਈ ਬਾਹਰ ਵਿਹੜੇ ਵਿੱਚ ਲਾਇਆ, ਇੱਕ ਰੰਗਲਾ ਪਲੰਗ ਉਹਨੇ ਅੰਦਰ ਹੋਰ ਵਿਛਾਇਆ। ਇਹ ਪੂਰਨ ਕਹਿੰਦਾ ਏ ਰਾਣੀਏ ਇਹ ਕੀ ਕਰ ਰਹੀ ਹੈ? ਕਹਿੰਦੀ ਆ ਪੂਰਨਾ ਇਹ ਤੇਰੇ ਵਾਸਤੇ ਪਲੰਗ ਵਿਛਾ ਦਿੱਤਾ ਹੈ, ਇਹ ਬਾਹਰ ਤੇਰੇ ਵਾਸਤੇ ਸੋਫਾ ਸੈੱਟ ਕਰ ਦਿੱਤਾ ਹੈ, ਇਹਦੇ ਉੱਪਰ ਬੈਠ
पूरन कहिंदा राणीए कमली हो गई है, मैनू लगदा तेरे दिमाग च फर्क पै गया, चली हो गई है। ओ साधुआं नू की लगे ना बैडा ना ना सोफे सेटा ना, असी तां थल्ले ही चौकड़ा मार के बहण वाले लोग ने आ। राणीए एक गम गलत कर रही है, आ थल्ले कोई बोरी का टुकड़ा है तो विछा दे, असी अपना थल्ले आसन ला लीए। साडा हुण भजन करन दा टाइम हो गया, शाम हो गई है, परमात्मा दा नाम लईए। राणी कहिंदी ए राणी कहिंदी ए साधुआ ए गल नहीं वे फपनी, ए राणी कहिंदी ए साधुआ ए गल नहीं वे फपनी। बह जा इस मंजे ते, बह जा इस बैड उत्ते, मैं लगा वे तेरे चरनी। पूरना दा राणीए फिर चली हो गई है, मैं तेन क्या मेरा थले आसन लावे, जदों पूरन ना मनिया। और राणी ने बहुत सोने गद्दे विछा दिते, वधिया चादर कढ़ के विछाती हैं। पूरन भगत चौंकड़ा मार के बह गया, समाधि लगी हुई है गुरु नाल। गुरु ने पूरन नूं जिहड़ा बचन कहा सी, पूरना नीवी नजर रखी मेरिया भोलिया भगता, नीवी नजर रखी भगता भोलिया वे, ते चित विच गुरां दा नाम रखी, उच्ची निगाह करके नहीं वेखना वे, ते नीवी नजर उच्चा भगवान रखी। पूरन भगत समाधि ला के बैठा है, हुण सुंदरां टिचरां कर रही है, ला दे जोगिया तेरो लंगोटियां वे, पाड़ दे तू भगवियां बाणियां नू, तेनू सोने सवादिया सूट जोगिया वे, ते हुण मन लै सुंदरा दे ताणियां नू। पूरन आखदा बकवास ना कर राणी, ते मत्था जोगिया नाल ना मार राणी, असी उस भगवान दा भजन करिए, ते लगा फकरा दा दरबार। राणी राणी सुंदरा कहिंदी आ, ले मैं तेनू तेरे गुरु तो मंग के लई आ, हुण ते तू मेरा हो गया, ऐ भगवे कपड़े उतार दे, वे मैं तेनू मखमल दे सूट सवा दे, और रेशमी पट लिया दे। पूरना हुण जरा गया रोडू नी कढाउणा मुड़के, हुण ते तेरी टिंड ते गलास पानी पैंदा पैरां तक जांदा है। जोगिया हुण वाल रखदा सिर ते बोदे वाया करी, हुण ते तू सुंदरां दा सुंदरा तेरी हो गई है। मैं तेरी तू मेरा छड ना जावी वे, मैं तेरी तू मेरा मेरा, मैं तेरी तू मेरा छड ना जावी वे, जरा बदल कीता तेरे गुरु ने तोड़ नवावी वे, जरा बदल कीता तेरे गुरु ने तोड़ नवावी वे। बचन कीता है, मैं वो बचन नभा रहा, इसे करके तेरे नाल आया, पर पिक्चर मजाक मैनू ना कर। अखीर सुंदरा ने भोजन तैयार किया है, पूरन ने भोजन छकया है, पूरन का आसन अंदर ला दिता गया, पूरन अपने आसन से बैठा है। अद्धी रात वेले राणी सुंदरा ने आ खड़काया कुंडा, पूरन ने सोचा हुण दुध का गिलास लैके आई होनी। पूरन ने दरवाजा खोलिया, पुछिया कौन, कहिंदी मैं सुंदरा। तेरा कद सरू दा बूटा वेख वेख के जीवा, जी करदा मैं दीद तेरी दे हर प्रकाशे पीवा, जी करदा मैं दीद तेरी दे हर प्रकाशे पीवा। मैनू जख्म बिछोड़ा तेरा, जख्म बिछोड़ा तेरा मलमा लावी वे, जो अलड़ पुणे विच लाइया तोड़न वावी वे, जो अलड़ पुणे विच लाइया तोड़न वावी वे। मैं तेरी तू मेरा छड ना जावी वे, जो अलड़ पुणे विच लाइया तोड़न वावी वे। Thank you.
ਹਸਨੀ ਵਾਂਗੂ ਕੰਨਾ ਤੇਰਾ ਮੇਰਾ ਜੋੜਾ। ਇਸ ਗੀਤ ਨੂੰ ਜਦੋਂ ਮੇਰੇ ਗੁਰੂ ਦੇਵ ਪੂਜੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਜਦੋਂ ਗਾਇਆ ਕਰਦੇ ਸਨ, ਅੱਜ ਵੀ ਉਹਨਾਂ ਦੀ ਯਾਦ, ਅੱਜ ਵੀ ਲੁਧਿਆਣੇ ਦੀ ਧਰਤੀ ਚੋਂ ਉਹਨਾਂ ਦੀ ਮਹਿਕ ਆਉਂਦੀ ਹੈ। ਪਾਵੇ ਪਾਵੇ ਤੇਰਾ ਮੇਰੇ ਮੁਰਸ਼ਿਦ ਦਾ ਜਿੱਥੋਂ ਵਾਹ ਠੰਡੀ ਪਈ ਆਵੇ। ਉਸਤਾਦ ਲਾਲ ਚੰਦ ਯਮਲਾ ਜੱਟ ਜੀ ਜਦੋਂ ਇਸ ਗੀਤ ਨੂੰ ਗਾਇਆ ਕਰਦੇ ਸਨ ਤੇ ਉਹ ਕਹਿੰਦਿਆਂ ਕਰਦੇ ਸਨ, ਹੰਸ ਹੰਸ ਨੂੰ ਵਾਂਗੂ ਕੰਨਾ ਤੇਰਾ ਮੇਰਾ ਜੋੜਾ, ਤੇਰੇ ਬਾਜੋਂ ਸੋਲ ਚਕੋਰੀ ਤੀ ਕੁੱਠਾ ਵਿਛੋੜਾ, ਚੰਨ ਹੋ ਅੱਖੀਆਂ ਤੋਂ ਓਲੇ, ਚੰਨ ਹੋ ਅੱਖੀਆਂ ਤੋਂ ਓਲੇ ਨਾ ਤੜਫਾਵੀ ਵੇ, ਜੋ ਅਲੜ ਪੁਣੇ ਵਿੱਚ ਲਾਈਆਂ ਤੋੜਨ ਵਾਵੀ ਵੇ, ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ, ਤੋੜਨ ਭਾਵੀ ਵੇ। ਪੂਰਨ ਕਹਿ ਰਿਹਾ ਸੁੰਦਰਾ ਜਾ ਚਲੀ ਜਾ ਸੌਂ ਜਾ ਨਾਲ ਆਰਾਮ ਦੇ ਮੈਨੂੰ ਆਰਾਮ ਕਰਨ ਦੇ। ਸੁੰਦਰਾ ਕਹਿ ਰਹੀ ਹੈ ਪਿਆਰ ਤੇਰੇ ਵਿੱਚ ਸੁਣ ਵੇ ਜੱਟਾ, ਮੈਂ ਹੋ ਗਈ ਦਵਾਨੀ ਅੱਗੇ ਜ਼ਖਮ ਬਤੇਰੇ ਦਿਲ ਤੇ ਹੋਰ ਨਾ ਮਾਰੀ ਕਾਨੀ, ਪਿਆਰ ਤੇਰੇ ਵਿੱਚ ਸੁਣ ਵੇ ਜੱਟਾ, ਮੈਂ ਹੋ ਗਈ ਦੀਵਾਨੀ ਅੱਗੇ ਜ਼ਖਮ ਬਤੇਰੇ ਦਿਲ ਤੇ ਹੋਰ ਨਾ ਮਾਰੀ ਕਾਨੀ, ਮੈਨੂੰ ਜ਼ਖਮ ਵਿਛੋੜਾ ਤੇਰਾ, ਜ਼ਖਮ ਵਿਛੋੜਾ ਤੇਰਾ ਮਨ ਮਨਾਵੀ ਵੇ, ਜੋ ਅਲੜ ਪੁਣੇ ਵਿੱਚ ਲਾਈਆਂ ਤੋੜਨ ਵਾਂਗੇ, ਜੋ ਅਲੜ ਪੁਣੇ ਵਿੱਚ ਲਾਈਆਂ ਤੋੜਨ ਵਾਂਗੇ, ਆ ਤੋੜਨ ਵਾਂਗੇ, ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀ ਵੇ, ਜੋ ਅਲੜ ਪੁਣੇ ਵਿੱਚ ਲਾਈਆਂ ਤੋੜਨ ਭਗਤ। ਸੁੰਦਰਾਂ ਕੋਲ ਇੱਕ ਰਾਤ ਕੱਟੀ, ਸਵੇਰੇ ਦਿਨ ਚੜਿਆ, ਕਹਿਣ ਲੱਗਾ ਸੁੰਦਰਾਂ ਮੇਰਾ ਚਿੱਤ ਕਰਦਾ ਮੈਂ ਸੈਲ ਕਰਿਆ ਵਾਂ। ਸੁੰਦਰਾਂ ਕਹਿ ਰਹੀ ਹੈ ਜੋਗੀਆ ਸੈਲ ਕਿੱਥੇ ਕਰਨ ਜਾਣਾ? ਕਹਿੰਦਾ ਸੁੰਦਰਾਂ ਇੱਧਰ ਬਾਹਰ ਨੂੰ ਜਾਵਾਂਗਾ। ਸੁੰਦਰਾਂ ਕਹਿੰਦੀ ਸਾਲਾ ਵੇ ਮੈਂ ਨਾਲ ਚੱਲਾਂਗੀ ਤੇਰੇ, ਰੱਥ ਚੜਵਾਨੀ ਆ ਰੱਥ 'ਚ ਚੱਲਾਂਗੇ। ਸੁੰਦਰਾਂ ਇਹ ਰੱਥ ਤੋਂ ਹੀ ਤਾਂ ਸਾਰਾ ਪੁਆੜਾ ਪਿਆ ਹੈ, ਮੈਂ ਇਕੱਲਾ ਹੀ ਜਾਵਾਂਗਾ। ਸੁੰਦਰਾਂ ਜਿੱਦ ਕਰਦੀ ਹੈ ਪੂਰਨਾ ਨਾ ਜਾ, ਗੋਲੀਆਂ ਨੂੰ ਨਾਲ ਲੈ ਜਾ। ਕਹਿੰਦਾ ਪੂਰਨ ਸੁੰਦਰਾਂ ਮੈਂ ਇਕੱਲੇ ਨੇ ਜਾਣਾ। ਸੁੰਦਰਾਂ ਵਾਸਤੇ ਪਾਉਂਦੀ ਹੈ ਪੂਰਨਾ ਇੱਥੇ ਹੀ ਹੋ ਲੈ, ਇੱਥੇ ਹੀ ਬੈਠ ਜਾ, ਇੱਥੇ ਹੀ ਘੁੰਮ ਫਿਰ ਲੈ। ਪੂਰਨ ਕਹਿੰਦਾ ਸੁੰਦਰਾਂ ਉਹ ਜੋਗੀ ਜਿਹੜੇ ਹੁੰਦੇ ਨੇ ਦਸ ਦਸ ਕੋਹ ਤੁਰਿਆ ਕਰਦੇ ਨੇ, ਫਿਰ ਸਹਿਲ ਹੁੰਦਾ। ਸੁੰਦਰਾਂ ਪੂਰਨ ਦੇ ਵਾਸਤੇ ਪਾਉਂਦੀ ਹੈ। ਪੂਰਨ ਨੇ ਅਖੀਰੀ ਗੱਲ ਕਹਿ ਦਿੱਤੀ ਸਾਥ ਰੱਸਾ ਸਿਰੇ ਗੰਢ, ਕਹਿੰਦਾ ਅਸੀਂ ਉਸ ਭਗਵਾਨ ਦਾ ਭਜਨ ਕਰੀਏ ਤੇ ਸਾਨੂੰ ਕਿਸੇ ਨੀ ਸ਼ਹਿ ਦੀ ਥੋੜ ਰਾਣੀ, ਘੁੰਮ ਫਿਰ ਕੇ ਅਸੀਂ ਸੈਲ ਕਰੀਏ ਤੇ ਹੁਕਮ ਜੋਗੀਆਂ ਦਾ ਨਾ ਮੋੜ ਰਾਣੀ, ਇਹ ਕੁੱਜਾ ਜੋ ਮੂਤ ਮਲਾਮਤਾਂ ਦਾ ਨੀ, ਇਹ ਕੁੱਜਾ ਜੋ ਮੂਤ ਮਲਾਮਤਾਂ ਦਾ ਤੇ ਜਾ ਕਿਸੇ ਹੋਰ ਦੇ ਸੀਸ ਚ ਫੋੜ ਰਾਣੀ। ਪੂਰਨ ਨੇ ਅਖੀਰੀ ਗੱਲ ਕਹਿ ਦਿੱਤੀ, ਰਾਣੀ ਸੁੰਦਰਾਂ ਨੇ ਸੋਚਿਆ ਤਾਣੀ ਉਲਝ ਗਈ ਹੈ, ਇਹ ਤਾਣੀ ਸੂਤ ਨਹੀਂ ਹੋਣੀ। ਸੁੰਦਰਾਂ ਤੋਂ ਪੂਰਨ ਮੱਲੋ ਜੋਰੀ ਉਤਰਿਆ, 60 ਗੋਲੀਆਂ ਪੂਰਨ ਦੇ ਜਦੋਂ ਮਗਰ ਲੱਗੀਆਂ, ਉਹ ਪੂਰਨ ਕਹਿੰਦਾ ਭੋਲੀਓ ਤੁਸੀਂ ਮੁੜ ਜਾਓ। ਕਹਿੰਦੀਆਂ ਨਹੀਂ ਉਹ ਸਾਨੂੰ ਰਾਣੀ ਦਾ ਹੁਕਮ ਹੈ। ਪੂਰਨ ਨੇ ਸੋਚਿਆ ਕੁੱਤੇ ਪੈਂਦੇ ਨੇ ਤੇ ਸਾਧੂ ਡੰਡਾ ਮਾਰਦੇ ਨੇ। ਪੂਰਨ ਭਗਤ ਨੇ ਗੋਲੀਆਂ ਨੂੰ ਬੜਾ ਝਿੜਕਿਆ, ਕਈਆਂ ਦੇ ਚਿਮਟੇ ਵੀ ਦੋ ਦੋ ਕੱਤੇ, ਉਹ ਗੋਲੀਆਂ ਭੱਜ ਗਈਆਂ। ਆਓ ਇੱਧਰੋਂ ਹੁਣ ਸੁੰਦਰਾਂ ਦੀ ਮੌਤ ਆ ਗਈ ਹੈ।
ਸੁੰਦਰਾਂ ਤੇ ਕਾਲ ਸਵਾਰ ਹੋ ਗਿਆ, ਸੁੰਦਰਾਂ ਦਾ ਅੰਤ ਸਮਾਂ ਆ ਗਿਆ, ਸੁੰਦਰਾਂ ਮਹਿਲ ਦੇ ਉੱਪਰ ਚੜ ਗਈ ਹੈ। ਤੀਜੀ ਚੌਥੀ ਮੰਜ਼ਿਲ ਮਹਿਲ ਦੀ ਰਾਣੀ ਉੱਪਰ ਚੜ ਕੇ ਵੇਖਦੀ ਆ, ਜੋਗੀ ਟਿੱਲੇ ਦੀ ਸੀਧ ਕਰ ਗਿਆ, ਜੋਗੀ ਜਾ ਰਿਹਾ। ਜੋਗੀ ਟਿੱਲੇ ਵੱਲ ਤੁਰਿਆ ਜਾਂਦਾ ਲੋਕੋ, ਰਾਣੀ ਮਹਿਲ ਉੱਤੇ ਚੜ ਗਈ ਬੈਠ ਕੇ, ਵੇਂਦੀ ਮੈਂ ਸੁੰਦਰਾ ਮਰ ਗਈ, ਪੂਰਨ ਭਗਤ ਗੁਰੂ ਗੋਰਖਨਾਥ ਦੇ ਟਿੱਲੇ ਦੇ ਪਹੁੰਚ ਗਿਆ। ਗੁਰੂ ਸਾਹਿਬ ਨੇ ਆਖਿਆ, ਪੂਰਨਾ ਮੇਰੇ ਵੱਲੋਂ ਹੁਣ ਤੂੰ ਪੂਰਾ ਹੈ, ਮੈਂ ਜੋਗ ਤੈਨੂੰ ਦੇਣੀ ਸੀ ਦੇ ਦਿੱਤੀ ਹੈ, ਜਾ ਹੁਣ ਤੇਰੀ ਦੁਆ ਮਨਜ਼ੂਰ ਹੈ, ਤੂੰ ਬੰਦਗੀ ਨਾਲ ਭਰਪੂਰ ਹੈ, ਜਾ ਹੁਣ ਆਪਣੇ ਸ਼ਹਿਰ ਚਲਾ ਜਾ ਭੋਲਿਆ ਭਗਤਾ,
तेरी माता इच्छरा तेरे वैराग विच रो रो के अन्नी हो गई है। जिन्ना मावां दे मर जान पुत्र, जिन्ना मावां दे मर जान पुत्र किवें जीवन ओ मावां। इसे करके दुनिया कहिंदी मावां ठंडियां छावां। कहिंदे ने पूरने गुरु तो लिया हुक्म, गुरु तो लई आ गया। गुरु अपने शहर नूं तुरदा पूरन भगत, अपने जदों शहर दे कोल आया कहिंदे अपने बाग विच चला गया। 12 सालां दा सुक्या होया बाग हरा हो गया, टाणियां टहटो आ रहियां ने, और पंछी चिंग चिंगाड़े पाउंदे, कोयला कूक रहियां ने। किसे ने दसिया जाके राजे सलवान नूं तेरे बाग विच इक साधु आया जिहदी दुआ बदवा मंजूर है। आ तेनू जे तेरा पुत्र ना मिलाएगा खरे तेनू बदवा ना देगा, दुआ देगा जा मिल। कहिंदे ने राजा सलवान ते राणी लूणा पूरन भगत दे दरबार विच आए ने। पूरन ने मत्था टेकिया, राजा सलवान कहिंदा साधुआ साडे सिर ते भार चाड़े है, जोगिया सानू क्यों मत्था टेक रहे हैं। पूरन भगत ने दसिया ठीक है जो कुछ हो गया। राजा सलवान कह रहा फिर सानू पुत्र दा वर दे दे, साडे घर पुत्र हो जाए, असी तेरे दर तो पुत्र मंगण वास्ते हैं। झोली अड के पूरन कहिंदा एक पुत्र होया घर तुसां दे, मैं डिठा बेद विचार। राजा पुत्रा बाजो दुनिया ते किसे दी कोई नहीं लेंदा सार। राजा सलवान कहिंदा ओ ते होया सी मेरा पुत्र, मैं मरवा दिता। राजा तेरे पुत्र दा कोई दोष ना, तेरी राणी सी बदकार। गुस्सा आ गया सलवान नू, मैनो तू लई तलवार, खड़ा राणी दे सिरे ते। उदो पूरन भगत ने तलवार पकड़ ली, राजा ना मारी जा तेनू एक वर देना, एक पुत्र होऊ घर तुसां दे, उहदा धरी रसालू ना, उहदा घोड़ा रहूगा बीड़िया, उह फिरू गरां गरां रस्सियां धर के वंडणगे उतरगियां दे थां। इस तों अगे राजा तेरा किसे नहीं लैणा ना। आओ इधरों ए उधर हुण इक निगाह मारीए, पूरन दी मां इच्छरां विचारी सोटी ते तुरी आउंदी, दोवें अखां पुत्र नूं रो रो के गवा लईआं। जदों पूरन दे नज़दीक आई ते पूरन बोलिया ते माता इच्छरा ने कहा उंदियां अखां मैं पुत्र पछाण लैंदी। आवाज लगे पूरन दी अखां हुंदियां मैं पुत्र पछाण लैंदी, वे आवाज लगे पूरन दी, आवाज आए पूरन दी। पूरन वेंदा वल माता दे दुनिया बैठी वेंदी है। पूरन भगत कह रहा है माता तेरा ना की है, कहिंदी है मेरा ना इच्छरा। तू माता मेरी नी मैं पुत्र तेरा, पूरन ने छटा मारिया पानी दा करता दूर अंधेरा। मिल गया मां ते पुत्र ने, आओ इस कैसेट दा टाइम हो गया, बोलदिया मेरे कोलों कोई गलती हो गई होवे ते माफ कर देना। एक इतिहास तुहाडी सेवा विच भेटा कर रहे हैं, पूरन का जमला हजरावां वाला ते तुहाडी सेवा विच तुहाडे तक पहुंचा रही है TMC रिकॉर्डिंग कंपनी फगवाड़ा वाले। आवाज लगे पूरन दी पुत्रा पकड़ कले दे लावा, भूखा रहन गिया इत्थे दोस्त मावा, ठंडियां छावा एक भूखा रहन गिया इत्थे लोको मावा ठंडियां छावा। मानु पुत्र प्यारा है पावे होवे रंग दा काला, नथों लंगा होवे बई पावे होवे कोड़ी काला, नथों लंगा होवे बई पावे होवे